ਮੈਂ ਬਲਵੀਰ ਸਿੰਘ ਸੰਧੂ, ਪਿੰਡ ਅਕਾਲਗੜ੍ਹ, ਸਮੁੱਚੇ ਨਗਰ ਨਿਵਾਸੀਆਂ ਦੀ ਮਦਦ ਦੇ ਨਾਲ ਸਰਬਸੰਮਤੀ ਨਾਲ ਸਰਪੰਚ ਚੁਣਿਆ। ਮੈਂ ਨਗਰ ਨਿਵਾਸੀਆਂ ਨੂੰ ਯਕੀਨ ਦਵਾਉਣਾ ਕਿ ਆਪਣੀ ਸਾਰੀ ਟਰਮ ਦੇ ਵਿੱਚ ਮੈਂ ਤੁਹਾਡੇ ਦੇ ਨਾਲ ਲੈ ਕੇ ਚੱਲੂੰਗਾ, ਪਿੰਡ ਦਾ ਸਾਰੇ ਸਹਿਯੋਗ ਦੇ ਨਾਲ ਅਤੇ ਪਿੰਡ ਦੀ ਤਰੱਕੀ ਲਈ ਕੰਮ ਕਰੂੰਗਾ। ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਸਾਡੇ ਨਗਰ ਦਾ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਕੋਈ ਵੀ ਸੰਬੰਧ ਨਹੀਂ, ਸਾਰਾ ਨਗਰ ਰਲ ਮਿਲ ਕੇ ਬੜੇ ਪਿਆਰ ਦੇ ਨਾਲ ਰਹਿੰਦਾ ਅਤੇ ਪਿੰਡ ਦੀ ਤਰੱਕੀ ਲਈ ਕੰਮ ਕਰਦਾ। ਕਿਸੇ ਸਿਆਸੀ ਪਾਰਟੀ ਦੇ ਨਾਲ ਅਸੀਂ ਰਲਗੱਡ ਨਹੀਂ ਹੈ। ਆਜ਼ਾਦ ਤੌਰ 'ਤੇ ਸਾਰੀ ਪੰਚਾਇਤ ਜਿਹੜੀ ਆ ਉਹ ਚੋਣ ਸਰਬਸੰਮਤੀ ਨਾਲ ਹੋਈ ਆ, ਚੋਣ ਸਮੂਹ ਨਗਰ ਨਿਵਾਸੀਆਂ ਦੀ ਯਤਨਾਂ ਦੇ ਨਾਲ। ਹਾਂ, ਸਾਡੇ ਪਿੰਡ ਦੇ ਵਿੱਚ ਦੂਜੀ ਵਾਰੀ ਸਰਬਸੰਮਤੀ ਨਾਲ ਪੰਚਾਇਤ ਚੁਣੀ ਆ। ਪਹਿਲੀ ਪੰਚਾਇਤ ਦਾ ਵੀ ਕਿਸੇ ਪਾਰਟੀ ਨਾਲ ਕੋਈ ਲੈਣ ਦੇਣ ਹੈ ਨਾ, ਅਸੀਂ ਆਪਣੇ ਪਿੰਡ ਦੇ ਤੌਰ 'ਤੇ ਨਹੀਂ ਕੰਮ ਕੀਤਾ ਅਤੇ ਹੁਣ ਵਾਲੀ ਪੰਚਾਇਤ ਦਾ ਵੀ ਕਿਸੇ ਪਾਰਟੀ ਨਾਲ ਕੋਈ ਲੈਣ ਦੇਣ ਨਹੀਂ ਹੈ। ਪਿੰਡ ਦੇ ਵਿਕਾਸ ਲਈ ਪੰਚਾਇਤ ਚੁਣੀ ਆ, ਸਾਰੇ ਨਗਰ ਨਿਵਾਸੀਆਂ ਦਾ ਫੁੱਲ ਸਹਿਯੋਗ ਆ, ਹਰੇਕ ਨੇ ਸਾਡੇ ਨਾਲ ਸਹਿਮਤੀ ਜਿਤਾਈ ਆ, ਕਿਉਂਕਿ ਮਾਸਟਰ ਬਲਵੀਰ ਸਿੰਘ ਉਹਨਾਂ ਨੂੰ ਸਰਪੰਚ ਬਣਾਇਆ। ਮੈਂ ਗਿਆਨੀ ਇਕਬਾਲ ਸਿੰਘ, ਹੈੱਡ ਗ੍ਰੰਥੀ ਗੁਰਦੁਆਰਾ ਸ਼ਹੀਦਗੰਜ ਅਕਾਲਗੜ੍ਹ। ਮੈਨੂੰ ਅੱਜ ਬਹੁਤ ਖੁਸ਼ੀ ਹੋਈ ਹੈ ਕਿ ਸਾਡੇ ਨਗਰ ਦੀ ਜੋ ਪੰਚਾਇਤ ਹੈ ਸਰਬਸੰਮਤੀ ਨਾਲ ਚੁਣੀ ਗਈ ਹੈ, ਔਰ ਬਹੁਤ ਬਹੁਤ ਮੁਬਾਰਕਾਂ ਮਾਸਟਰ ਬਲਵੀਰ ਸਿੰਘ ਜੀ ਨੂੰ, ਜਿਨ੍ਹਾਂ ਨੇ ਪਿੰਡ ਦੀ ਨੁਮਾਇੰਦਗੀ ਕਰਨੀ ਹੈ ਅਤੇ ਉਹ ਪਿੰਡ ਦਾ ਵਿਕਾਸ ਕਰਨਾ ਹੈ। ਸਾਰੀ ਪੰਚਾਇਤ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਰਲ ਮਿਲ ਕੇ ਸਾਰਿਆਂ ਨੇ ਪਿੰਡ ਦੇ ਵਿਕਾਸ ਦੇ ਕਾਰਜ ਸਿਰੇ ਚੜਾਉਣੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਪਿੰਡ ਅਕਾਲਗੜ੍ਹ ਦੇ ਵਿੱਚ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਆ, ਸਾਰਾ ਨਗਰ ਇਸ ਵਿੱਚ ਬੜਾ ਖੁਸ਼ ਆ, ਸਾਰਿਆਂ ਨੇ ਬੜਾ ਸਹਿਯੋਗ ਦਿੱਤਾ, ਸਾਰੇ ਨਗਰ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।